ਵੱਡੀ ਖਬਰ ਦਾ ਰੁਖ ਕਰ ਲੈਂਦੇ ਹਾਂ। ਬਠਿੰਡਾ ਦੇ ਵਿੱਚ ਕਿਸਾਨਾਂ ਵੱਲੋਂ ਭਾਜਪਾ ਦੇ ਸਮਾਗਮ ਦਾ ਵਿਰੋਧ ਕੀਤਾ ਗਿਆ। ਕਿਸਾਨਾਂ ਤੇ ਪੁਲਿਸ ਦੇ ਵਿਚਾਲੇ ਇੱਥੇ ਤਕਰਾਰ ਤੇ ਧੱਕਾ ਮੁੱਕੀ ਵੀ ਵੇਖਣ ਨੂੰ ਮਿਲੀ। ਭਾਜਪਾ ਆਗੂਆਂ ਕਿਸੇ ਪਿੰਡ ਜਾਂ ਫਿਰ ਸੂਬੇ ਦੇ ਵਿੱਚ ਬੋਲਣ ਨਹੀਂ ਦਿਆਂਗੇ ਤਾਂ ਕਿਸਾਨਾਂ ਨੇ ਇੱਥੇ ਸ਼ਬਦਾਂ ਦੇ ਵਿੱਚ ਗੱਲ ਆਖ ਦਿੱਤੀ ਹੈ ਕਿ ਭਾਜਪਾ ਦੇ ਕਿਸੇ ਵੀ ਆਗੂ ਨੂੰ ਪਿੰਡ ਜਾਂ ਸੂਬੇ ਦੇ ਵਿੱਚ ਬੋਲਣ ਨਹੀਂ ਦਿੱਤਾ ਜਾਏਗਾ। ਤਾਂ ਬਠਿੰਡਾ ਦੇ ਵਿੱਚ ਵਿਰੋਧ ਦਾ ਸਾਹਮਣਾ ਭਾਜਪਾ ਆਗੂਆਂ ਨੂੰ ਕਰਨਾ ਪਿਆ। ਭਾਜਪਾ ਦੇ ਸਮਾਗਮ ਦਾ ਵਿਰੋਧ ਇੱਥੇ ਕਿਸਾਨਾਂ ਵੱਲੋਂ ਕੀਤਾ ਗਿਆ। ਦੱਸ ਦਈਏ ਕਿ ਇਸ ਵਿਰੋਧ ਦੇ ਵੇਲੇ ਕਿਸਾਨਾਂ ਤੇ ਪੁਲਿਸ ਦੇ ਵਿਚਕਾਰੇ ਤਕਰਾਰ ਤੇ ਧੱਕਾ ਮੁੱਕੀ ਵੀ ਵੇਖਣ ਨੂੰ ਮਿਲੀ। ਭਾਜਪਾ ਆਗੂਆਂ ਨੂੰ ਕਿਸੇ ਵੀ ਪਿੰਡ ਜਾਂ ਸੂਬੇ ਦੇ ਵਿੱਚ ਨਹੀਂ ਬੋਲਣ ਦਿਆਂਗੇ। ਕਸਬਾ ਸੰਗਤ ਮੰਡੀ ਵਿਖੇ ਭਾਜਪਾ ਦਾ ਸਮਾਗਮ ਕਰਵਾਇਆ ਜਾ ਰਿਹਾ ਸੀ ਜਿਸ ਵਕਤ ਕਿਸਾਨਾਂ ਦੀ ਵਿਰੋਧਤਾ ਦਾ ਸਾਹਮਣਾ ਇੱਥੇ ਭਾਜਪਾ ਆਗੂਆਂ ਨੂੰ ਕਰਨਾ ਪਿਆ। ਤਾਂ ਤਸਵੀਰਾਂ ਤੁਹਾਡੀ ਵੀ ਸਕਰੀਨ ਤੇ ਜਿਸ ਵਕਤ ਇਹ ਵਿਰੋਧ ਕੀਤਾ ਜਾ ਰਿਹਾ ਸੀ ਪੁਲਿਸ ਅਤੇ ਕਿਸਾਨਾਂ ਦੇ ਵਿਚਾਲੇ ਇੱਥੇ ਤਕਰਾਰ ਤੇ ਧੱਕਾ ਮੁੱਕੀ ਵੀ ਵੇਖਣ ਨੂੰ ਮਿਲੀ। ਤਾਂ ਬਠਿੰਡਾ ਦੀਆਂ ਇਹ ਤਸਵੀਰਾਂ ਨੇ ਕਸਬਾ ਸੰਗਤ ਮੰਡੀ ਦੇ ਵਿੱਚ ਭਾਜਪਾ ਵਾਲਾ ਸਮਾਗਮ ਕਰਾਇਆ ਜਾ ਰਿਹਾ ਸੀ ਜਿਸ ਵਕਤ ਭਾਜਪਾ ਆਗੂਆਂ ਨੂੰ ਕਿਸਾਨਾਂ ਦੀ ਵਿਰੋਧਤਾ ਦਾ ਇੱਥੇ ਸਾਹਮਣਾ ਕਰਨਾ ਪਿਆ।